ਬੈਂਸ ਖਿਲਾਫ ਇਹ ਮਾਮਲਾ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸਦੀ ਡਿਊਟੀ ਵਿੱਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਦਰਜ ਕੀਤਾ ਗਿਆ ਹੈ। ਬੈਂਸ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਕੋਲ ਵੋਟਰ ਕਾਰਡ ਨਹੀਂ ਸੀ ਅਤੇ ਪਾਸਪੋਰਟ ਦਫ਼ਤਰ ਦੇ ਨਾਲ ਲੱਗਦੀ ਇੱਕ ਦੁਕਾਨ 'ਚ ਬੈਠੇ ਏਜੰਟ ਨੇ ਹਰਪ੍ਰੀਤ ਸਿੰਘ ਪਾਸੋਂ ਕਥਿਤ ਤੌਰ 'ਤੇ 14,000 ਰੁਪਏ ਲੈ ਕੇ ਉਸਦਾ ਵੋਟਰ ਕਾਰਡ ਬਣਾ ਦਿੱਤਾ ਤਾਂ ਜੋ ਉਸਦਾ ਪਾਸਪੋਰਟ ਬਣ ਸਕੇ। ਬੈਂਸ ਵੱਲੋਂ ਪਾਸਪੋਰਟ ਦਫ਼ਤਰ ਨੂੰ ਰਿਸ਼ਵਤ ਦਾ ਅੱਡਾ ਦੱਸਿਆ ਗਿਆ ਅਤੇ ਅਧਿਕਾਰੀਆਂ ਅਤੇ ਏਜੰਟਾਂ ਨਾਲ ਮਿਲ ਕੇ ਲੋਕਾਂ ਦੀ ਲੁੱਟ ਖਸੁੱਟ ਦੇ ਦੋਸ਼ ਲਾਏ। ਉਸਦੀ ਕੋਈ ਜ਼ਰੂਰਤ ਨਹੀਂ ਹੈ ਜਨਵਰੀ ਸੇ। अब जो है किसी भी तीन डॉक्यूमेंट्स के बेसिस पर वो तैयार हो जाते हैं पासपोर्ट, उसमें आधार कार्ड भी ज़रूरी नहीं है। अगर आपके पास जो 13 डॉक्यूमेंट्स की लिस्ट है उसमें से कोई भी तीन डॉक्यूमेंट्स हों तो आपका पासपोर्ट तुरंत। रफ्तार न्यूज़ ले लुधियाना तो ब्यूरो रिपोर्ट।